ਅਸਲਾਮ ਵਾਲੇਕਮ ਵੈਲਕਮ ਟੂ ਮਿਲਰ ਟਰੈਕਟਰ ਫੈਨ ਦੋਸਤੋ ਮਕਾਈ ਲੱਗੀ ਹੋਈ ਆਪਣੀ ਰਾਤ ਤੂਫਾਨ ਸੀ بارش ਕਾਫੀ ਜ਼ਿਆਦਾ ਹੋਈ ਆ ਤੇ ਮੱਕੀ ਨੂੰ ਕੋਈ ਨਹੀਂ ਨੁਕਸਾਨ ਹੋਇਆ ਨਾ ਬਾਹਰਲ ਜਿਹੜੀ ਗੰਦਮ ਦੀ ਫਸਲ ਸੀ ਆ ਤੁਸੀਂ ਦੇਖ ਸਕਦੇ ਆ ਇਹ ਬਿਲਕੁਲ ਬਿਸ਼ਕੀਆਂ ਜ਼ਮੀਨ ਦੇ ਨਾਲ ਹੀ ਕੱਚੀ ਗੰਧਮ ਸੀ ਹਜੇ ਦੁੱਧਾ ਸੀ ਦਾਣੇ ਨੁਕਸਾਨ ਜ਼ਰੂਰ ਹੋਊਗਾ ਹੰਦਾ ਮੱਕੀ ਮਾਸ਼ਾਅੱਲਾ ਠੀਕ ਹੈ ਜੀ ਕੋਈ ਨਹੀਂ ਥੋੜੀ ਬਹੁਤ țeੜੀ ਹੋਈ ਆ ਟੁੱਟੀ ਨਹੀਂ ਗਈ ਇਹ ਦੇਖੋ ਤੁਸੀਂ ਇਹ ਇਨਸ਼ਾਅੱਲਾ કડੀ ਹੋ ਜਾਏਗੀ ਕੱਲ ਤੱਕ ਇਹ ਤਨੂੰ ਪੌਦੇ ਨਜ਼ਰ ਆ ਰਹੇ ਹੁੰਦੇ ਅਜੇ ਵੀ ਬੱਦਲਾ ਜੀ ਕਾਫੀ ਜ਼ਿਆਦਾ بارش ਤੇ ਚਾਂਸ ਹੈ ਵਾ ਇਹ ਹਫਤਾ ਤੱਕ ਮੌਸਮ ਖਰਾਬ ਆ ਡੰਗਰਾ ਵਾਸਤੇ ਅਸੀਂ ਤੂੜੀ ਲੈਣ ਆਏ ਸੀਗੇ ਇਹ ਬੰਦਾ ਆਪਣਾ ਜੀ ਤੂੜੀ ਪਾਰ ਰਿਹਾ ਵਾ ਹਾਂਜੀ ਕੀ ਨਾਮ ਆ ਆਪਣਾ ਬੱਬਾ ਲਤੀਫ ਮੁਹੰਮਦ ਲਤੀਫ ਨਾਜੀ ਹੋਰ ਜੀ ਬਾਸ ਤੇ ਸਾਰੇ ਕੰਮ ਰੁਕ ਜਾਂਦੇ ਆ ਵਾਹ ਇੱਕ ਪਸ਼ੂਆਂ ਵਾਲਾ ਕੰਮ ਹੁੰਦਾ ਵਾ ਜਿਹੜਾ ਦੁੱਗਣਾ ਹੋ ਜਾਂਦਾ ਵਾ ਕਿਉਂਕਿ ਉਹਨਾਂ ਦੀ ਕੇਅਰ ਉਸ ਤੋਂ ਜ਼ਿਆਦਾ ਕਰਨੀ ਪੈਂਦੀ ਹੈ ਇਹ ਆਪਣੀ ਤੋੜੀ ਆ ਜੀ ਇਹ 6 ਏਕੜ ਦੀ ਸੀ ਧੜ ਲੱਗੀ ਹੋਈ ਇੱਕ तकरीबन ਇਹ ਥੋੜੀ ਜਿਹੀ ਰਹਿ ਗਈ ਆ ਬਾਕੀ ਸਾਰੀ ਚਾਰਲੀ ਆ ਤੇ ਇਹ ਆਪਾਂ ਨੂੰ ਆਪਣੇ ਵਾਸਤੇ ਬਹੁਤ ਹੈ ਜੀ ਕਿਉਂਕਿ ਕਨਕਾਂ ਵੀ ਤਿਆਰੀ ਚ ਆ ਤੁਸੀ ਦੇਖ ਸਕਦੇ ਹੋ ਇਹ ਰੈੱਡ ਹੋਣੀਆਂ ਸ਼ੁਰੂ ਹੋ ਗਈਆਂ तकरीबन ਹੋਰ ਵਿਥਿਨ 1 ਮੰਥ ਇਨਸ਼ਾਅੱਲਾ ਇਹਨਾਂ ਦੀ ਕਟਾਈ ਸ਼ੁਰੂ ਹੋ ਜੂਗੀ ਤੇ ਤੂੜੀ ਫਰਾਮ ਹੋ ਜਾਣੀ ਆ الحمدللہ ਆਪਣੇ ਕੋਲ ਤੂੜੀ ਜੇ ਬਥੇਰੀ ਪਈ ਆ ਡੰਗਰਾਂ ਦਾ ਈਜ਼ੀ ਤਰੀਕੇ ਨਾਲ ਆਪਣਾ ਗੁਜ਼ਰਬਸਰ ਹੋ ਸਕਦਾ ਇਹ ਅੱਜ ਤੂੜੀ ਲੈਣ ਆਏ ਆ ਅੱਜ ਇੱਕ ਹੀ ਪੰਡ ਲੈ ਕੇ ਜਾਵਾਂਗੇ ਕਿਉਂਕਿ ਬਾਰਿਸ਼ ਆ ਰਸਤੇ ਵੀ ਖਰਾਬ ਨੇ ਕੱਚੇ ਰਸਤੇ ਨੇ ਖੇਤਾਂ ਦੇ ਤੁਹਾਨੂੰ ਪਤਾ ਹੀ ਆ ਦੋਸਤਾਂ ਨੂੰ ਤੇ ਇੱਕ ਹੀ ਪੰਡ ਲੈ ਕੇ ਜਾਵਾਂਗੇ ਉਹ ਤੋਂ ਆਪਣੇ ਪੱਠੇ ਵੱਢਣੇ ਆ ਉਹ ਆਲੂ ਵਾਲੀਆਂ ਤੜਾਂ ਪਈਆਂ ਉਹਦੇ ਕੋਲ ਆਪਣੀ ਰੀੜੀ ਖੜੀ ਹੈ ਸ਼ਾਇਦ ਤੁਹਾਨੂੰ ਨਜ਼ਰ ਆ ਜਾਵੇ ਇਹ ਦੇਖੋ ਇਹ ਰੀੜ ਨਜ਼ਰ ਆ ਰਹੀ ਉਹ ਥੜ ਦੇ ਪਿੱਛੇ ਜੀ ਇਹ ਤੋਂ ਆਪ ਪੱਠੇ ਵੱਟਨੇ ਆ ਪੱਠੇ ਦੇ ਉੱਪਰ ਹੀ ਇਹ ਪੰਡ ਰੱਖ ਲੈਣੀ ਹੈ ਜੀ ਆਈ ਹੋਪ ਕਿ ਤੁਹਾਨੂੰ ਵੀਡੀਓ ਅੱਛੀ ਲੱਗੀ ਹੋਏਗੀ ਇਸ ਚੈਨਲ ਨੂੰ ਮਿਲਟਰੈਕਟਰ ਫੈਨ ਨੂੰ ਜ਼ਿਆਦਾ ਤੋਂ ਜ਼ਿਆਦਾ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਕਿ ਮਜ਼ੀਦ ਅੱਛੀ ਅੱਛੀ ਵੀਡੀਓ ਤੁਹਾਨੂੰ ਮਿਲ ਸਕਣ ਆਪਣਾ ਖਿਆਲ ਰੱਖਣਾ ਅੱਲਾ ਹਾਫਿਜ਼